ਮਾਪਿਆਂ ਨੂੰ ਮਿਲਣ ਤੋਂ ਪਹਿਲਾਂ ਹੀ ਪੁੱਤ ਦੀ ਹੋ ਗਈ ਮੌਤ। 20 ਸਾਲਾਂ ਤੋਂ ਰਹਿ ਰਿਹਾ ਸੀ ਇਟਲੀ। 3 ਦਿਨ ਬਾਅਦ ਮਾਪਿਆਂ ਨੇ ਜਾਣਾ ਸੀ ਮਿਲਣ। ਮਾਪਿਆਂ ਨੂੰ ਮਿਲਣ ਤੋਂ ਪਹਿਲਾਂ ਹੀ ਪੁੱਤ ਦੀ ਹੋ ਗਈ ਮੌਤ। ਤੇ ਦੱਸਦੇ ਕਿ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ 3 ਦਿਨ ਬਾਅਦ ਮਾਪਿਆਂ ਨੇ ਆਪਣੇ ਪੁੱਤ ਨੂੰ ਮਿਲਣ ਦੇ ਲਈ ਇਟਲੀ ਜਾਣਾ ਸੀ, ਪਰ ਉੱਥੇ ਪੁੱਤ ਦੀ ਪਹਿਲਾਂ ਹੀ ਕਰੰਟ ਲੱਗਣ ਕਾਰਨ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸਦੇ ਕਿ ਨੌਜਵਾਨ ਬਟਾਲਾ ਦਾ ਰਹਿਣ ਵਾਲਾ ਸੀ ਅਤੇ ਕਰੀਬ 20 ਸਾਲ ਤੋਂ ਇਟਲੀ ਦੇ ਵਿੱਚ ਰਹਿੰਦਾ ਸੀ। ਇਸਦਾ ਵਿਆਹ ਵੀ ਇਟਲੀ ਦੇ ਵਿੱਚ ਹੋਇਆ, ਜਦਕਿ ਇਸਦਾ ਦੂਸਰਾ ਭਰਾ ਸੀ ਉਹ ਵੀ ਇਟਲੀ ਦੇ ਵਿੱਚ ਰਹਿੰਦਾ ਸੀ। ਅਤੇ ਹੁਣ 13 ਮਾਰਚ ਨੂੰ ਇਸਦੇ ਮਾਪਿਆਂ ਨੇ ਇਟਲੀ ਇਸ ਨੂੰ ਮਿਲਣ ਜਾਣਾ ਸੀ, ਪਰ ਇਸ ਤੋਂ ਪਹਿਲਾਂ ਹੀ ਦੁੱਖਦਾਈ ਖਬਰ ਸਾਹਮਣੇ ਆਉਂਦੀ ਹੈ ਕਿ ਇਸਦੀ ਉੱਥੇ ਮੌਤ ਹੋ ਜਾਂਦੀ ਹੈ, ਜਿਸ ਕਾਰਨ ਪੂਰੇ ਪਿੰਡ ਦੇ ਵਿੱਚ ਸੋਗ ਪਸਰ ਜਾਂਦਾ ਹੈ। ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਬਟਾਲਾ ਦੇ ਪਿੰਡ, ਜਿੱਥੇ ਇਹ ਨੌਜਵਾਨ ਰਹਿੰਦਾ ਸੀ। ਅਤੇ ਇਹਨਾਂ ਮਾਪਿਆਂ ਨੇ 3 ਦਿਨ ਬਾਅਦ ਇਸ ਨੂੰ ਮਿਲਣ ਦੇ ਲਈ ਇਟਲੀ ਜਾਣਾ ਸੀ, ਪਰ ਪਹਿਲਾਂ ਹੀ ਉੱਥੇ ਉਸਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਜਾਂਦੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ 20 ਸਾਲ ਤੋਂ ਇਟਲੀ ਦੇ ਵਿੱਚ ਹੀ ਰਹਿ ਰਿਹਾ ਸੀ ਅਤੇ ਹੁਣ ਆਪਣੇ ਮਾਪਿਆਂ ਨੂੰ ਉੱਥੇ ਮਿਲਣ ਦੇ ਲਈ ਬੁਲਾਇਆ ਸੀ। 13 ਤਰੀਕ ਨੂੰ ਮਾਪਿਆਂ ਨੇ ਇਟਲੀ ਜਾਣਾ ਸੀ, ਪਰ ਇਸ ਤੋਂ ਪਹਿਲਾਂ ਹੀ ਦੁਖਦਾਈ ਖਬਰ ਆਉਂਦੀ ਹੈ ਕਿ ਕਰੰਟ ਲੱਗ ਜਾਂਦਾ ਇਸ ਨੌਜਵਾਨ ਨੂੰ ਅਤੇ ਇਸਦੀ ਮੌਤ ਹੋ ਜਾਂਦੀ ਹੈ। ਮੇਰਾ ਨਾਮ ਪ੍ਰਤਾਪ ਸਿੰਘ, ਇਹ ਪਿੰਡ ਤਤਲਾ। ਡੈਥ ਜਵਾਨ ਮੁੰਡਾ ਸੀਗਾ ਸਾਡੇ ਮਾਮਾ ਜੀ ਨੇ, ਸਰਦਾਰ ਦੇਵਾ ਸਿੰਘ, ਇੱਥੇ ਉਹ ਵੀ ਕਾਫੀ ਦੇਰ ਇਟਲੀ ਰਹੇ ਹੈ, ਉਹਨਾਂ ਦੇ ਲਗਭਗ ਪੂਰੀ ਫੈਮਿਲੀ ਉੱਥੇ ਆ। ਇਹ ਮੁੰਡੇ ਦਾ ਵਿਆਹ ਹੋਇਆ ਸੀ ਕਰੀਬ 2.5 ਸਾਲ ਦੇ ਕਰੀਬ ਕਰੀਬ, ਉਹਦੀ ਇੱਕ ਬੱਚੀ ਆ, ਵਾਈਫ ਵੀ ਉਹਦੀ ਉੱਥੇ ਹੀ ਹੈ। ਉੱਥੇ ਉਹ ਕੋਈ ਮੇਰਾ ਖਿਆਲ ਕੋਈ ਕੰਮ ਕਰਦਾ ਸੀ, ਜਿੱਦਾਂ ਡੇਰੀ ਫਾਰਮ ਦੇ ਵਿੱਚ ਕੋਈ ਟਰਾਲੇ ਵਗੈਰਾ ਉਹਨਾਂ ਨੂੰ ਜਿਹੜਾ ਮਟੀਰੀਅਲ ਆ ਫੀਡ ਵਗੈਰਾ ਸਪਲਾਈ ਕਰਦਾ ਸੀ। ਕੱਲ੍ਹ ਕੋਈ ਉੱਧਰ ਇਟਲੀ ਦੇ ਟਾਈਮ ਦੇ ਨਾਲ 1:30 ਵਜੇ ਦੇ ਕਰੀਬ ਉਹਦਾ ਉੱਥੇ ਕੋਈ ਉੱਪਰ ਤਾਰਾਂ ਸੀ ਜਾਂ ਕੀ ਸੀਗਾ, ਉਹਦੇ ਵਿੱਚੋਂ ਜਿਹੜਾ ਟਰਾਲੇ ਦਾ ਕੋਈ ਇਹਨਾਂ ਦਾ ਪਤਾ ਨਹੀਂ ਉੱਪਰ ਨੂੰ ਕੋਈ ਬੂਮ ਖੜ੍ਹਾ ਕਰਦੇ ਆ, ਉਹ ਤਾਰਾਂ ਦੇ ਨਾਲ ਲੱਗਣ ਕਰਕੇ ਉਹਦੀ ਡੈਥ ਹੋ ਗਈ। ਸਾਰਾ ਜਿਹੜਾ ਪਰਿਵਾਰ ਆ ਉਹ ਬੜਾ ਮਤਲਬ ਸੋਗ 'ਚ ਆ। ਇੱਕ ਜਵਾਨ ਮੌਤ ਹੋਈ ਹੈ, ਬੜਾ ਪਰੇਸ਼ਾਨੀ ਤਾਂ ਹੈ ਉਹਦੇ ਸਹੁਰੇ ਪਰਿਵਾਰ ਨੂੰ ਵੀ ਅਤੇ ਅਸੀਂ ਵੀ ਸਾਰੇ ਜਿਹੜੇ ਉਹਦੇ ਰਿਸ਼ਤੇਦਾਰ ਹਾਂ। ਮੇਰਾ ਨਾਮ ਸਰਪੰਚ ਸਿੰਘ ਜੀ, ਮੈਂ ਸਾਬਕਾ ਸਰਪੰਚ ਹਾਂ ਇੱਥੇ, ਅਤੇ ਮੇਰੇ ਚਾਚਾ ਜੀ ਦਾ ਬੇਟਾ ਸੀਗਾ ਪਰਮਜੀਤ ਸਿੰਘ, ਤਕਰੀਬਨ 20-21 ਸਾਲ ਤੋਂ ਇਹ ਉੱਥੇ ਰਹਿ ਰਿਹਾ ਸੀਗਾ, ਇੱਕ ਡੇਰੀ ਫਾਰਮ 'ਚ ਉੱਥੇ ਕੰਮ ਕਰਦਾ ਸੀਗਾ। ਅਤੇ ਕੱਲ੍ਹ ਮਾਲਕ ਨੇ ਇਹਨੂੰ ਫੋਨ ਕਰਕੇ ਸੱਦਿਆ, ਛੁੱਟੀ 'ਤੇ ਸੀਗਾ ਅਤੇ ਉੱਥੇ ਟਰਾਲਾ ਖਾਲੀ ਕਰਨ ਵਾਸਤੇ ਗਿਆ, ਪਤਾ ਨਹੀਂ ਕੋਈ ਅਣਸੁਖਾਵੀਆ ਘਟਨਾ ਹੋਈ ਆ, ਜਿਹੜਾ ਮੁੜ ਕੇ ਘਰ ਵਾਪਸ ਨਹੀਂ ਆਇਆ। ਇਹਦਾ ਨਾਂ ਪਰਮਪ੍ਰੀਤ ਸੀਗਾ, ਬੇਟੇ ਦਾ ਨਾਂ ਸੀ, ਸਾਡਾ ਭਤੀਜਾ ਸੀਗਾ। ਬੜੀ ਅਣਸੁਖਾਵੀ ਘਟਨਾ ਹੋਈ ਆ, ਕਿਉਂਕਿ ਬੱਚੇ ਰੋਜ਼ੀ ਰੋਟੀ ਕਮਾਉਣ ਵਾਸਤੇ ਬਾਹਰ ਵਿਦੇਸ਼ਾਂ 'ਚ ਅਸੀਂ ਭੇਜਦੇ ਹਾਂ, ਕਦੋਂ ਅਸੀਂ ਜਾਣਦੇ ਅਤੇ ਪਾਲਦੇ ਉਹਨੂੰ। ਬਹੁਤ ਸੋਹਣਾ ਜਵਾਨ ਸੀਗਾ, 27 ਸਾਲ ਦੀ ਉਮਰ ਆ ਉਹਦੀ ਅਜੇ, ਇੱਕ ਬੇਟੀ ਆ ਛੋਟੀ ਜੀ, ਬੱਚੇ ਉਹਦੇ ਨਾਲ ਨੇ ਰਹਿ ਰਹੇ, ਉੱਥੇ ਡੇਅਰੀ ਫਾਰਮ 'ਚ ਕੰਮ ਕਰ ਰਿਹਾ। ਵੇਖੋ, ਪਰਮਾਤਮਾ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ। ਉਹ ਕੱਲ੍ਹ ਛੁੱਟੀ 'ਤੇ ਸੀਗਾ, ਉਹਦੇ ਮਾਲਕ ਨੇ ਖੁਦ ਉਹਨੂੰ ਫੋਨ ਕੀਤਾ ਕਿ 10-15 ਮਿੰਟ ਵਾਸਤੇ ਗੱਡੀ ਖਾਲੀ ਕਰਨ ਵਾਸਤੇ ਪਰਮਪ੍ਰੀਤ ਨੂੰ ਵੀ ਤੂੰ ਜ਼ਰੂਰੀ ਆਉਣਾ। ਉਹਨੂੰ ਮੁੜ ਕੇ ਵਾਪਸ ਨਹੀਂ ਆਇਆ, ਕੀ ਕਹਿ ਸਕਦੇ ਉੱਥੇ ਅਸੀਂ, ਕੋਈ ਅਜੇ ਕੋਈ ਕਨਫਰਮ ਨਹੀਂ ਹੋਇਆ ਵੀ ਉੱਤੇ ਤਾਰਾਂ ਲੱਗੀਆਂ, ਬਿਜਲੀ ਨਾਲ ਡੈਥ ਹੋਈ, ਕਿਤਨਾ ਹੋਈ ਆ, ਕਿਤਨਾ ਨਹੀਂ ਡੈਥ ਹੋਈ, ਪੂਰਾ ਕਨਫਰਮ। ਅਤੇ ਇਹੀ ਕਹਿ ਰਹੇ ਉੱਥੇ ਕਿ ਕਰੰਟ ਲੱਗ ਗਿਆ, ਬੂਮ ਲੱਗ ਗਿਆ ਉੱਪਰ। ਇੱਥੋਂ ਘਰੋਂ ਰੋਟੀ ਕਮਾਉਣ ਵਾਸਤੇ ਹਰ ਕੋਈ ਬੱਚਾ ਜਾਂਦਾ,
ਸਾਡੇ ਪਿੰਡ ਦੇ ਤਰਲਿਆਂ ਨੇ ਮੇਰੇ ਨਾਨਕੇ ਇੱਥੇ ਇਸ ਘਰ ਵਿੱਚ ਅਤੇ ਸਰਪੰਚ ਸਾਹਿਬ ਬੈਠੇ ਨਾਲ, ਇਹਨਾਂ ਨੇ ਵੀ ਸਾਰਾ ਪਰਿਵਾਰ ਉੱਥੇ ਆ, ਸਾਡਾ ਸਾਰਾ ਹੀ ਪਰਿਵਾਰ ਉੱਥੇ ਇਟਲੀ ਵਿੱਚ ਹੀ ਆ, ਮੇਰੇ ਬ੍ਰਦਰ ਵੀ ਉੱਥੋਂ ਇਟਲੀ ਤੋਂ ਹੀ ਆਏ ਨੇ, ਸੁਖਦੇਵ ਸਿੰਘ ਉਹਨਾਂ ਦਾ ਬੇਟਾ ਆ, ਇਹਨੂੰ 20 ਤੋਂ 22 ਸਾਲ ਦੇ ਵਿੱਚ ਗਿਆ, ਇੰਨਾ ਚਿਰ ਹੋ ਗਿਆ ਉੱਥੇ ਪੜ੍ਹਾਈ ਵੀ ਇਹਨੇ ਉੱਥੇ ਕੀਤੀ, ਬਹੁਤ ਛੋਟੀ ਉਮਰ 'ਚ ਗਿਆ ਇੱਥੇ, ਹੁਣ ਸਾਰੇ ਮੇਰੇ ਬ੍ਰਦਰ ਵੀ ਰਹਿ ਰਹੇ, ਸੁਖਦੇਵ ਸਿੰਘ ਦੇ ਮਾਂ ਪਿਓ ਸੀ ਨੇ, ਇਹਨਾਂ ਦੀ 13 ਤਰੀਕ ਦੀ ਪਹਿਲਾਂ ਹੀ ਟਿਕਟ ਹੋਈ ਉੱਥੇ ਜਾਣ ਵਾਸਤੇ, ਇਹਨਾਂ ਨੇ ਮਿਲਣ ਵਾਸਤੇ ਜਾਣਾ ਸੀ 13 ਤਰੀਕ ਨੂੰ, ਉਮਰ ਦੀ 26 ਤੋਂ 27 ਸਾਲ ਦੀ ਵਿੱਚ ਉਮਰ, ਫੈਮਲੀ 'ਚ ਇੱਕ ਇਹਦਾ ਬ੍ਰਦਰ ਉੱਥੇ ਵੱਡਾ, ਉਹਦੀ ਫੈਮਲੀ ਉੱਥੇ ਆ, ਇੱਕ ਇਹਦੇ ਤਾਇਆ ਜੀ ਦੇ ਬੇਟੇ ਨੇ ਦੋ ਉੱਥੇ, ਉਹ ਵੀ ਉੱਥੇ ਨੇ ਇਟਲੀ ਨੇ, ਲਾਗੋ ਲੱਗ ਰਹਿ ਰਹੇ ਨੇ,